ਪੋਸਤਕ 10 ਸਾਲ ਪੁਰਦੀ ਕਹਾਣੀ ਹੈ ਮੌਤ ਸਕੇ ਭਰਾਵਾਂ ਦੇ ਆਪੋਂ ਸਾਹਮਣੇ ਘਰ ਸਨ ਬਲਦੇਵ ਸਿੰਘ ਵੱਡਾ ਸੀ ਤੇ ਹਰਦੇਵ ਸਿੰਘ ਉਸ ਤੋਂ ਛੋਟਾ ਤੀਜੇ ਤੇ ਸਭ ਤੋਂ ਛੋਟੇ ਦੂਰ ਦਰਾਡੇ ਨੌਕਰੀ ਕਰਦੇ ਹਰਮੰਦਰ ਦੀ ਅਚਾਨਕ ਮੌਤ ਹੋ ਗਈ ਸੀ ਉਹਦੇ ਦਿਮਾਗ ਦੀ ਨਾੜੀ ਫਟ ਗਈ ਸੀ ਪਤਨੀ ਤੇ ਦੋ ਬੱਚਿਆਂ ਨੂੰ ਰੋਂਦਿਆਂ ਕਰਲਾਉਂਦਿਆਂ ਛੱਡ ਕੇ ਉਹ ਕਿਸੇ ਅਜਿਹੇ ਸੰਸਾਰ 'ਚ ਚਲਾ ਗਿਆ ਸੀ ਜਿੱਥੋਂ ਅੱਜ ਤੱਕ ਕੋਈ ਵੀ ਵਾਪਸ ਨਹੀਂ ਆਇਆ ਟੈਲੀਫੋਨ ਰਾਹੀਂ ਇਹ ਦੁਖਦਾਈ ਖਬਰ ਬਲਦੇਵ ਸਿੰਘ ਕੋਲ ਪਹੁੰਚੀ ਸੀ ਹਰਦੇਵ ਸਿੰਘ ਦੇ ਘਰ ਵੀ ਸੂਚਨਾ ਦੇ ਦੇਣੀ ਕਹਿਣ ਉਪਰੰਤ ਫੋਨ ਬੰਦ ਹੋ ਗਿਆ ਸੀ ਦੋਹਾਂ ਪਰਾਵਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਦੋਵੇਂ ਬਾਲ ਬੱਚੇਦਾਰ ਸਨ ਰੱਜੇ ਪੁੱਜੇ ਹੋਣ ਦੇ ਬਾਵਜੂਦ ਵੀ ਨਿੱਕੀ ਨਿੱਕੀ ਗੱਲ ਤੇ ਡਾਂਗ ਸੋਟਾ ਖੜਕਾਉਣ ਲੱਗਦੇ ਕਦੇ ਬੱਚਿਆਂ ਵਿੱਚ ਇਕ ਅਲਕਲੇਸ਼ ਕਦੇ ਕੋਈ ਹੋਰ ਕਾਰਨ ਹੁੰਦਾ ਦਰਾਨੀ ਜਠਾਣੀ ਗੁੱਤੋ ਗੁੱਤੀ ਹੋ ਜਾਂਦੀਆਂ ਗਲੀ ਮੱਲੇ ਦੇ ਲੋਕ ਤਮਾਸ਼ਾ ਵੇਖਦੇ ਮਾਂ ਮਰ ਚੁੱਕੀ ਸੀ ਪਰ ਬਾਪੂ ਉਹ ਸਿਰਫ ਜਿਉਂਦਾ ਹੀ ਨਹੀਂ ਸੀ ਸਗੋਂ ਅਜੇ ਬਰਾਬਰ ਦਾ ਕੰਮਕਾਜੀ ਆਦਮੀ ਸੀ ਉਹਦੀ ਆਪਣੀ ਕੱਪੜੇ ਦੀ ਦੁਕਾਨ ਸੀ ਤਿੰਨ ਨੌਕਰ ਰੱਖੇ ਸਨ ਸਾਰਾ ਦਿਨ ਗਾਹਕਾਂ ਦਾ ਤਾਂਤਾ ਲੱਗਿਆ ਰਹਿੰਦਾ ਸਾਰਿਆਂ ਦੀ ਨਿਗਾਹ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਤੇ ਰਹਿੰਦੀ ਕਿਸੇ ਨੂੰ ਵੀ ਇੱਕ ਦੂਜੇ ਤੇ ਯਕੀਨ ਨਹੀਂ ਸੀ ਪਰ ਇਹ ਯਕੀਨ ਬਣਿਆ ਹੋਇਆ ਸੀ ਕਿ ਬਾਪੂ ਨੇ ਬੈਂਕ ਖਾਤਿਆਂ ਵਿੱਚ ਵੀ ਬੇਅੰਤ ਮਾਇਆ ਜਮਾ ਕਰਵਾ ਰੱਖੀ ਸੀ ਬਾਪੂ ਜ਼ਿਆਦਾਤਰ ਵੱਡੇ ਗੋਲੀ ਰਹਿੰਦਾ ਪਰ ਉਹ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਹੋਇਆ ਕਿਸੇ ਵੀ ਢੰਗ ਨਾਲ ਕਦੇ ਵੀ ਕਿਸੇ ਨੂੰ ਕੋਈ ਭੇਤ ਨਾ ਦਿੰਦਾ ਟਿੜਕੇ ਹੋਏ ਰਿਸ਼ਤਿਆਂ ਦੀ ਮਿਸਾਲ ਕਾਇਮ ਹੋ ਗਈ ਸੀ ਪਹਿਲਾਂ ਸੰਸਕਾਰ ਦੇ ਸਮੇਂ ਤੇ ਫਿਰ ਅੰਤਮ ਅਰਦਾਸ ਦੇ ਮੌਕੇ ਬਲਦੇਵ ਤੇ ਹਰਦੇਵ ਦੇ ਪਰਿਵਾਰ ਅੱਡੋ ਅੱਡ ਗਏ ਤੇ ਆਏ ਸਨ ਬੇਸ਼ੱਕ ਭੋਗ ਸਮੇਂ ਇਕੱਠੇ ਰਹੇ ਸਨ ਬੈਠੇ ਉੱਠੇ ਸਨ ਪਰ ਦੂਰੀ ਭਰੀ ਇੱਕ ਚੁੱਪ ਪਸਰੀ ਹੋਈ ਸੀ ਬਾਪੂ ਵੀ ਪਿੱਛੇ ਨਹੀਂ ਸਿਰਿਆ ਉਨੇ ਵੀ ਆਪਣੀ ਵੱਖਰੀ ਬੀਨ ਹੀ ਵਜਾਈ ਸੀ ਪਿਤਾ ਦੇ ਜਿਉਂਦੇ ਜੀ ਪੁੱਤਰ ਦੀ ਅਰਥੀ ਉੱਠਣੀ ਉਕਾ ਹੀ ਸਹਿਣ ਯੋਗ ਨਹੀਂ ਹੁੰਦੀ ਪਰ ਬਾਪੂ ਦੀ ਮੂਕ ਮੁਦਰਾ ਕੁਝ ਵੀ ਸਪਸ਼ਟ ਨਹੀਂ ਸੀ ਕਰ ਰਹੀ ਛੋਟੇ ਭਰਾ ਦੀ ਮੌਤ ਦੀ ਸੂਚਨਾ ਦੇਣ ਬਲਦੇਵ ਸਿੰਘ ਖੁਦ ਚੱਲ ਕੇ ਛੋਟੇ ਭਰਾ ਦੇ ਘਰ ਨਹੀਂ ਸੀ ਗਿਆ ਬਲਕਿ ਇੱਕ ਗਵਾਂਡੀ ਨੂੰ ਕਹਿ ਕੇ ਮੋੜਾਇਆ ਸੀ ਕਿ ਉਹ ਹਰਦੇਵ ਨੂੰ ਦੱਸ ਦੇਵੇ ਕਿ ਹਰ ਮੰਦਰ ਅਕਾਲ ਚਲਾਣਾ ਕਰ ਗਿਆ ਉਹ ਗਵਾਂਡੀ ਵੀ ਭੋਗ ਤੇ ਗਿਆ ਹੋਇਆ ਸੀ ਹਰਮੰਦਰ ਦਾ ਉਹ ਬਚਪਨ ਦਾ ਮਿੱਤਰ ਸੀ ਭੋਗ ਪ੍ਰੰਤ ਉਹ ਇਹਨਾਂ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਕੰਨਿ ਲੱਗ ਕੇ ਕਹਿ ਰਿਹਾ ਸੀ ਹਰਮੰਦਰ ਦੇ ਮਰ ਜਾਣ ਦਾ ਦੁੱਖ ਤੇ ਅਫਸੋਸ ਇੰਨਾ ਨਹੀਂ ਹੋ ਰਿਹਾ ਜਿੰਨਾ ਇਸ ਪਰਿਵਾਰ ਦੇ ਜਿਉਂਦੇ ਜੀਆਂ ਦੇ ਮਰ ਜਾਣ ਤੇ ਹੋ ਰਿਹਾ ਹੈ ਧੰਨਵਾਦ